ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਦਫ਼ਤਰ ਪਾਤਸ਼ਾਹ ਜੀਤ ਸਿੰਘ ਜੀ ਸੇਵਾਦਾਰ ਪੰਥ ਦੇ ਪਹੁੰਚੇ ਹੋਏ ਆ, ਜਿਹੜੇ ਦੇਸ਼ਾਂ ਵਿਦੇਸ਼ਾਂ ਲੰਬੇ ਚਿਰ ਤੋਂ ਕੀਰਤਨ ਰਾਹੀਂ ਕਥਾ ਰਾਹੀਂ ਸੰਕਟ ਸਾਂਝ ਪਾਉਂਦੇ ਰਹਿੰਦੇ ਹੈਗੇ ਆ। ਬੜੀ ਇਹਨਾਂ 'ਤੇ ਸਤਿਗੁਰ ਦੀ ਬਖਸ਼ਿਸ਼ ਹੈਗੀ, ਸਤਿਗੁਰ ਨੇ ਇਹਨਾਂ ਨੂੰ ਉਦਮ ਬਖਸ਼ਿਆ, ਬਾਣੀ ਬੜੀ ਘੰਟ ਹੈਗੀ ਆ, ਬੜੇ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਇਹ ਬੱਚਿਆਂ ਦੇ ਨਾਲ ਸਪੈਸ਼ਲ ਉਹਨਾਂ ਦੇ ਕੈਂਪਾਂ ਦੇ ਵਿੱਚ ਹਾਜ਼ਰੀ ਭਰਦੇ ਹੈਗੇ ਆ। ਬਹੁਤ ਸਾਰੇ ਬੱਚਿਆਂ ਦੇ ਇਹਨਾਂ ਦੇ ਖਿਆਲ ਸੁਣ ਕੇ, ਗੁਰਬਾਣੀ ਇਹਨਾਂ ਦੇ ਕੋਲੋਂ ਸੁਣ ਕੇ, ਅਤੇ ਉਹਨਾਂ ਨੇ ਆਪਣੇ ਜੀਵਨ ਵਿੱਚ ਉਹਨਾਂ ਦੇ ਜਿਹੜੇ ਬੱਚੇ ਆ ਉਹ ਗੁਰਸਿੱਖ ਬਣੇ ਹੈਗੇ ਆ, ਸੇਵਾ ਕਰ ਰਹੇ ਉਹ ਵੀ ਗਾਂ ਕੌਮ ਦੀ। ਹੁਣ ਭਾਈ ਸਾਹਿਬ ਨੇ ਗੱਲ ਤੁਹਾਡੇ ਨਾਲ ਕਰਨੀ ਆ, ਅੱਜ ਇਸ ਚੀਜ਼ ਦੇ ਵੀ ਗੁਰੂਡਾਮ ਬੜਾ ਤੇਜ਼ੀ ਨਾਲ ਫੈਲ ਰਿਹਾ ਸਾਰੀ ਦੁਨੀਆ ਦੇ, ਸਪੈਸ਼ਲੀ ਪੰਜਾਬ ਦੇ ਵਿੱਚ। ਸੱਚੇ ਸੌਦੇ ਦੀ ਗੱਲ ਚੱਲਦੀ ਆ, ਵਿਆਸਾਂ ਨਾਲ ਚੱਲਦੀ ਆ, ਬੜੀ ਤੇਜ਼ੀ ਨਾਲ ਵਧੇ ਹੈਗੇ ਇਹ, ਇਹ ਕੀ ਕਾਰਨ ਕੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਵੀ ਅਸੀਂ ਪਹਿਲਾਂ ਗੱਲ ਤਾਂ ਮੈਂ ਇਹੀ ਕਹਾਂਗਾ ਵੀ ਸਾਡੀ ਆਪਣੀ ਢਿੱਲ ਹੈ, ਅਸੀਂ ਗੁਰਬਾਣੀ ਦਾ ਗਿਆਨ ਲੋਕਾਂ ਤੱਕ ਪਹੁੰਚਾ ਨਹੀਂ ਸਕੇ। ਜੇ ਅਸੀਂ ਘਰ ਘਰ ਇਹ ਦੀਵਾ ਘਰ ਘਰ ਬਾਲਿਆ ਹੁੰਦਾ ਗੁਰਬਾਣੀ ਦੇ ਗਿਆਨ ਦਾ, ਤਾਂ ਇਹ ਗੁਰੂ ਡੰਮ ਫੈਲਣਾ ਨਹੀਂ ਸੀ। ਜੇ ਅਸੀਂ ਦੱਸਿਆ ਹੁੰਦਾ ਗੁਰੂ ਲੋਕਾਂ ਨੂੰ ਇਹ ਦੱਸਿਆ ਹੁੰਦਾ ਗੁਰਬਾਣੀ ਵਿੱਚੋਂ ਵੀ ਗੁਰੂ ਹੋਰ ਕੋਈ ਨਹੀਂ, ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤਾਪ ਗੁਰੂ ਨਿਸਾਰ। ਜੇ ਅਸੀਂ ਇਹ ਮੈਸੇਜ ਲੋਕਾਂ ਤੱਕ ਪਹੁੰਚਾਇਆ ਹੁੰਦਾ ਵੀ ਇਹ ਬਾਣੀ ਹੀ ਗੁਰੂ ਹੈ, ਉਹ ਜਿਹੜਾ ਗੁਰੂ ਡੰਮ ਵਾਲੇ ਉਹ ਵੀ ਇਸੇ ਬਾਣੀ ਨੂੰ ਹੀ ਵਰਤ ਕੇ ਆਪਣੇ ਆਪ ਨੂੰ ਗੁਰੂ ਕਹਿ ਰਹੇ ਨੇ, ਆਪਣੇ ਆਪ ਨੂੰ ਗੁਰੂ ਕੁਆ ਰਹੇ ਨੇ। ਅਤੇ ਮੈਂ ਤਾਂ ਇਹ ਕਹਿੰਦਾ ਹੁੰਦਾ ਸਾਨੂੰ ਕਿਸੇ ਦੇ ਗੁਰੂ ਕੁਆਉਣ 'ਤੇ ਕੋਈ ਇਤਰਾਜ਼ ਨਹੀਂ, ਕੋਈ ਆਪਣੇ ਆਪ ਨੂੰ ਗੁਰੂ ਕਹਿੰਦਾ ਤਾਂ ਕਹਿ ਲਵੇ, ਕੋਈ ਗੱਲ ਨਹੀਂ, ਪਰ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਰਤ ਕੇ ਆਪਣੇ ਆਪ ਨੂੰ ਗੁਰੂ ਕੁਆਉਂਦੇ ਨੇ, ਅਤੇ ਫਿਰ ਤਾਂ ਚੋਰ ਹੋਏ ਨਾ, ਗੁਰੂ ਘਰ ਦੇ ਚੋਰ ਹੋਏ। ਜੇ ਆਪਾਂ ਕਿਸੇ ਤੁਹਾਡੀ ਜੇਬ 'ਚੋਂ ਤੁਹਾਡੀ ਕੋਈ ਵੀ ਚੀਜ਼ ਅਸੀਂ ਤੁਹਾਡਾ ਲਿਟਰੇਚਰ ਚੋਰੀ ਕਰ ਲੈਂਦੇ ਹਾਂ, ਕੁਛ ਚੋਰੀ ਕਰ ਲੈਂਦੇ ਹਾਂ, ਤੁਹਾਡੇ ਪੈਸੇ ਚੋਰੀ ਕਰ ਲੈਂਦੇ ਹਾਂ, ਆਪਾਂ ਨੂੰ ਕੀ ਕਹਿੰਦੇ ਨੇ? ਚੋਰ ਚੋਰ ਕਹਿੰਦੇ ਨੇ। ਅਤੇ ਇਹ ਬਾਣੀ ਗੁਰੂ ਦੀ ਚੋਰੀ ਕਰਕੇ ਆਪਣੇ ਆਪ ਨੂੰ ਗੁਰੂ ਕੁਆਉਂਦੇ ਨੇ, ਅਤੇ ਫਿਰ ਚੋਰ ਹੋਏ ਨਾ। ਅਤੇ ਜੇ ਪੂਰੇ ਗੁਰੂ ਨੇ ਤਾਂ ਆਪਣੀ ਬਾਣੀ ਵਗੈਰਾ ਚਲਾਇਆ, ਸਾਨੂੰ ਕੀ ਇਤਰਾਜ਼, ਕੁਆਣ ਕਹਿਣ ਪਿਆ ਗੁਰੂ। ਤਾਂ ਕੋਈ ਇਹ ਤੁਰ ਕੀ ਬਾਣੀ ਹੈ, ਕਾਲ ਪੁਰਖ ਦੀ ਬਾਣੀ ਹੈ, ਪਰਮੇਸ਼ਰ ਦੀ ਆਪਣੀ ਬਾਣੀ ਹੈ, ਤਾਂ ਇਹਦੇ ਨਾਲ ਤਾਂ ਹੁਣ ਕਿੱਥੋਂ ਲਿਆਉਣਗੇ? ਉਹਦੇ ਦੇਖਿਆ ਰਾਧਾ ਸਮੇਂ ਦੇ ਜਿਹੜੇ ਮੁਖੀ ਹੈਗੇ ਉਹ ਤਾਂ ਹੁਣ ਤੁਸੀਂ ਵੀ ਦੇਖਿਆ ਹੋਣਾ ਟੀਵੀ 'ਤੇ, ਮੈਂ ਵੀ ਦੇਖਿਆ ਹੈਗਾ ਵੀ ਬਹੁਤ ਸਾਰੀ ਵਾਰੀ ਹਰਿਮੰਦਰ ਸਾਹਿਬ ਵੀ ਆ, ਉਹ ਨਮਸਕਾਰ ਹੋ ਗਏ। ਹਰ ਬੰਦੇ ਨੂੰ ਆਪਣੀ ਅਸਲੀਅਤ ਪਤਾ ਹੈ ਅੰਦਰੋਂ ਮੈਂ ਕੀ ਹਾਂ, ਉਹ ਐਵੇਂ ਲੋਕਾਂ ਨੂੰ ਧੋਖਾ ਦੇਣ ਲਈ ਫਰੇਬ ਕਰ ਰਿਹਾ, ਧੋਖਾ ਦੇਣ ਲਈ ਲੋਕਾਂ ਨੂੰ। ਕੁਛ ਇਹਦੇ ਪਿੱਛੇ ਕੁਛ ਹੋਰ ਗੱਲਾਂ ਨੇ, ਸਿੱਖੀ ਨੂੰ ਢਾਹ ਲਾਉਣ ਦੀਆਂ ਗੱਲਾਂ ਨੇ ਵੀ ਕਿਸ ਤਰ੍ਹਾਂ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਹੈ ਲੋਕਾਂ ਵਿੱਚ ਨਾ ਹੋਵੇ, ਕਿਉਂਕਿ ਸੱਚ ਤੋਂ ਹਰ ਕੋਈ ਡਰਦਾ, ਸੱਚ ਤੋਂ ਝੂਠ ਡਰਦਾ। ਗੱਲ ਆਪਾਂ ਇਹ ਨਹੀਂ ਕਹਦੇ ਵੀ ਗੁਰੂ ਘਰ ਆਪਣੇ ਮੇਰੇ ਖਿਆਲ ਲੱਖ ਤੋਂ ਉੱਪਰ ਤਾਂ ਹੋਣਾ ਹੀ ਆ, ਸਾਰੀ ਦੁਨੀਆ ਸਿੱਖਾਂ ਦਾ ਸ਼ਾਇਦ ਤੋਂ ਵੀ ਜ਼ਿਆਦਾ ਹੋਣਾ, ਅਤੇ ਪ੍ਰਚਾਰਕ ਵੀ ਸਾਡੇ ਕੋਲ ਵੱਡੀ ਪੱਧਰ 'ਤੇ ਹੈਗੇ ਆ, ਉਹ ਵੀ ਕਈ ਲੱਖਾਂ 'ਚ ਹੋਣਗੇ। ਜੇ 1 ਲੱਖ ਗੁਰਦੁਆਰਾ ਆ ਤਾਂ ਇਹ ਤੋਂ ਜ਼ਿਆਦਾ ਹੀ ਹੋਣਗੇ ਪ੍ਰਚਾਰਕ ਵੀ, ਅਤੇ ਉੱਥੇ ਸੇਵਾ ਕਰਦੇ ਹੋਣ, ਗਿਆਨੀ ਸਾਹਿਬ ਹਰੇਕ ਗੁਰਦੁਆਰੇ 1 ਜਾਂ 2 ਤੱਕ ਸਿੰਘ ਹੁੰਦੇ ਹੀ ਆ, ਉਸ ਤਰ੍ਹਾਂ ਸਾਡੇ ਹੋਰ ਜਥੇ ਕੀਰਤਨੀ ਬਹੁਤ ਆ, ਪ੍ਰਚਾਰਕ ਬਹੁਤ ਹੈਗੇ ਆ, ਪ੍ਰਬੰਧਕਾਂ ਦੀਆਂ ਕਮੇਟੀਆਂ ਵੀ 10-15-20 ਦੀਆਂ ਹੁੰਦੀਆਂ, ਅਤੇ ਕੀ ਤੁਹਾਨੂੰ ਇੱਦਾਂ ਨਹੀਂ ਲੱਗਦਾ ਵੀ ਇਹਨੇ ਡਿਊਟੀ ਨਹੀਂ ਨਿਭਾਈ ਆਪਣੀ? ਬਿਲਕੁਲ, ਅਸੀਂ ਸਾਰਿਆਂ ਨੇ ਪਹਿਲੀ ਗੱਲ ਤਾਂ ਅਸੀਂ ਜਿਹੜੇ ਪ੍ਰਚਾਰਕ ਵੀ ਨੇ ਨਾ ਆਪੋ ਬੜੇ ਪ੍ਰਚਾਰਕ ਨੇ ਸਾਰੇ, ਕੋਈ ਸਾਡਾ ਕੋਈ ਸਿਧਾਂਤਕ ਤੌਰ 'ਤੇ ਅਸੀਂ ਕੋਈ ਐਸੀਆਂ ਸੰਸਥਾਵਾਂ ਪੈਦਾ ਅਜੇ ਤੱਕ ਨਹੀਂ ਪੂਰੀਆਂ ਕਰ ਸਕੇ, ਕੁਛ ਹੈਗੀਆਂ ਨੇ ਲਗੇ ਨੇ, ਬਿਲਕੁਲ ਨਹੀਂ ਅਸੀਂ ਕਹਿ ਸਕਦੇ, ਪਰ ਜਿਹੜੇ ਉਹ ਸਿੱਖੀ ਸਿਧਾਂਤ ਨੂੰ ਉਜਾਗਰ ਕਰ ਸਕਦੇ ਹੋਣ ਪ੍ਰਚਾਰਕ। ਦੂਸਰੀ ਗੱਲ ਵੀ ਜਿਹੜੀ ਚੀਜ਼ ਅਸੀਂ ਕਹਿਣੀ ਹੈ ਉਹਨੂੰ ਅਸੀਂ ਕਮਾਇਆ ਨਹੀਂ, ਜੇ ਗੱਲ ਪ੍ਰਚਾਰ ਦੀ ਨਹੀਂ ਹੁੰਦੀ, ਗੱਲ ਕਮਾਉਣ ਦੀ ਹੁੰਦੀ ਹੈ, ਜਿਹਨੇ ਕਮਾਇਆ ਉਹਦਾ ਜੀਵਨ ਆਪਣੇ ਆਪ ਪ੍ਰਚਾਰ ਕਰਦਾ, ਅੱਗੇ ਲੋਕ ਉਹਨੂੰ ਵੇਖ ਕੇ ਆਪਣੇ ਆਪ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਨੇ। ਆਪਾਂ ਕੋਈ ਵੀ ਚੀਜ਼ ਕਹਿੰਦੇ ਹਾਂ ਜੇ ਉਹੀ ਚੀਜ਼ ਆਪਾਂ ਉਹਦੇ ਉਲਟ ਕੰਮ ਕਰ ਰਹੇ ਹਾਂ
ਜਿਨ੍ਹਾਂ ਨੂੰ ਪ੍ਰਚਾਰ ਕੀਤਾ ਉਹਨਾਂ ਸਾਰਿਆਂ ਦਾ ਦਿਲ ਟੁੱਟ ਜਾਂਦਾ ਵੇਖ ਕੇ। ਤੋ ਜਿੰਨੇ ਸਾਡੇ ਪ੍ਰਚਾਰਕ ਸੀ, ਜਿੰਨੇ ਹੈਗੇ ਆ, ਅਸੀਂ ਆਪਣੇ ਜੀਵਨ ਦੇ ਪ੍ਰਤੀ ਪੂਰੇ ਜਾਗਰੂਕ ਨਹੀਂ ਹੋਏ ਵੀ ਜੋ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ। ਅਤੇ ਹੁਣ ਮੰਨ ਲਓ ਆਪਾਂ ਨਿੱਕੀ ਜਿਹੀ ਗੱਲ, ਆਪਾਂ ਕਹਿੰਦੇ ਨਾਮ ਜਪਣਾ ਚਾਹੀਦਾ ਜੀ, ਹੈ ਨਾ, ਸਾਰੇ ਪ੍ਰਚਾਰਕ ਹੀ ਕਹਿੰਦੇ ਨਾਮ ਜਪਣਾ ਚਾਹੀਦਾ ਜੀ, ਪਰ ਉਹਨਾਂ ਨੇ ਆਪ ਤਾਂ ਜਪਿਆ ਨਹੀਂ, ਆਪ ਤਾਂ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਜੀ, ਆਪ ਤਾਂ ਉੱਠਿਆ ਨਹੀਂ, ਕਿਰਤ ਕਰਕੇ ਖਾਣੀ ਚਾਹੀਦੀ ਹੈ ਜੀ ਆਪ ਤਾਂ, ਉਹ ਕਹਿੰਦੇ ਆਪ ਤਾਂ ਵਜਾ ਵਜਾ ਕੇ ਖਾ ਰਹੇ, ਆਪ ਤਾਂ ਕਿਰਤ ਕਰ ਹੀ ਨਹੀਂ, ਹੈ ਨਾ, ਉਲਟ ਹੋ ਗਿਆ ਸਾਰਾ ਕੁਛ, ਉਲਟ ਹੋ ਗਿਆ, ਹੈ ਨਾ, ਦਸਵੰਧ ਕਰਨਾ ਚਾਹੀਦਾ, ਆਪ ਤਾਂ ਕਰ ਨਹੀਂ ਰਿਹਾ। ਪ੍ਰਬੰਧਕਾਂ ਵੀ ਡਿਊਟੀ ਨਹੀਂ ਨਿਭਾਈ, ਪ੍ਰਬੰਧਕਾਂ ਨੇ ਵੀ ਨਹੀਂ ਨਿਭਾਈ, ਜਿਹੜਾ ਜਿਹੜਾ ਪ੍ਰਚਾਰ ਸੀ ਉਹ ਲਗਭਗ ਗੁਰਦੁਆਰੇ 'ਚੋਂ ਸਿੱਖੀ ਦਾ ਪ੍ਰਚਾਰ ਲਗਭਗ ਬੰਦ ਹੋ ਚੁੱਕਿਆ, ਬਹੁਤ ਘੱਟ ਗਿਆ, ਇੱਕ ਬਿਜ਼ਨਸ ਜਿਹਾ ਬਣ ਕੇ ਰਹਿ ਗਿਆ, ਮਾਫ਼ ਕਰਨਾ ਵੀ ਗੁਰਦੁਆਰੇ ਦਾ ਕੰਮ ਸੀਗਾ। ਗੁਰਦੁਆਰਾ ਹੈਗਾ, ਮਹਾਰਾਜ ਨੇ ਕਿਹਾ ਸੀ ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖਾਂ ਲੈਂਦਾ ਪਾਲ ਕੇ, ਸੱਚ ਦੀ ਧਰਮਸ਼ਾਲ ਬੱਧੀ ਹੈ ਵੀ ਇੱਥੋਂ ਸੱਚ ਕਮਾਇਆ ਜਾਣਾ, ਇੱਥੇ ਸੱਚ ਸਿਖਾਇਆ ਜਾਣਾ, ਇੱਥੇ ਸਚਿਆਰ ਬਣਾਏ ਜਾਣੇ ਨੇ, ਨਾ ਕਿ ਸਟੇਜਾਂ ਤੋਂ ਆਪਣੇ ਝੂਠ ਬੋਲਣੇ ਨੇ, ਹੈ ਨਾ। ਇੱਥੇ ਆ ਕੇ ਫਿਰ ਆਪਾਂ, ਚਲੋ ਆਪਾਂ ਆਪਣੇ ਵਿਸ਼ੇ ਤੇ ਆਉਂਦੇ ਹਾਂ ਵੀ ਚਲ ਇਹ ਤਾਂ ਗੁਰਦੁਆਰਿਆਂ ਦੀ ਗੱਲ ਬਾਅਦ ਚ ਆਪਾਂ ਕਰ ਲਾਂਗੇ। ਜਿੱਦਾਂ ਗੁਰੂ ਨਾਮ ਕਿਉਂ ਫੈਲਿਆ, ਗੁਰੂ ਨਾਮ ਇਸੇ ਕਰਕੇ ਫੈਲਿਆ ਵੀ ਅਸੀਂ ਗਿਆਨ ਲੋਕਾਂ ਤੱਕ ਪਹੁੰਚਾ ਨਹੀਂ ਸਕੇ ਗੁਰਬਾਣੀ ਦਾ, ਤੇ ਉਹ ਕਹਿੰਦੇ ਆ ਜਾਓ ਅਸੀਂ ਤੁਹਾਨੂੰ ਲੋਕ ਜਿਹੜੀ ਸਾਰੀ ਦੁਨੀਆ ਆ ਉਹ ਲੋੜਾਂ ਨਾਲ ਜੁੜੀ ਹੈ, ਪੇਟ ਦਾ ਧਰਮ ਰੋਟੀ ਹੈ ਪਹਿਲਾਂ, ਜੇ ਰੋਟੀ ਨਹੀਂ ਮਿਲੀ ਕੋਈ ਧਰਮ ਨਹੀਂ ਹੈਗਾ। ਉਹ ਫਿਰ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਇੱਦਾਂ ਜੋੜ ਜੋੜ ਕੇ ਸਸਤੇ ਸੌਦੇ ਵੇਚ ਕੇ, ਹੈ ਨਾ, ਤੁਸੀਂ ਉੱਥੇ ਬਿਆਸ ਚੱਲ ਜਾਓ ਉੱਥੇ ਸਸਤਾ ਮਿਲਦਾ ਖਾਣ ਨੂੰ, ਤੁਸੀਂ ਹੁਣ ਹੁਣ ਨਵਾਂ ਆ ਸੀਚੇਵਾਲ ਵਾਲੇ ਇਹਨੇ ਵੀ ਦੁਕਾਨ ਖੋਲ੍ਹਤੀ ਹੈ, ਉੱਥੋਂ ਤੁਹਾਨੂੰ ਸੌਦਾ ਸਸਤਾ ਮਿਲਦਾ, ਲੋਕ ਆਪੇ ਹੌਲੀ ਹੌਲੀ ਉੱਧਰ ਨੂੰ ਜੁੜਨੇ ਸ਼ੁਰੂ ਹੋ ਜਾਂਦੇ ਨੇ, ਪੇਟ ਦਾ ਤੁਹਾਨੂੰ ਰੋਟੀ ਹੈ। ਤਾਂ ਰੋਟੀ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੇ ਉੱਥੇ ਰੋਟੀ ਖਾਣ ਗਏ ਨੇ ਉਹਨਾਂ ਨੂੰ ਤੁਸੀਂ ਜੋ ਮਰਜ਼ੀ ਸਿਖਾ ਦਿਓ ਫਿਰ। ਅਸੀਂ ਉਹਨਾਂ ਨੂੰ ਆਪਣੇ ਲੋਕ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਸੀਗੇ ਅਸੀਂ ਉਹਨਾਂ ਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਾਂਭਿਆ ਨਹੀਂ, ਇੱਕ ਤਾਂ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ, ਆਰਥਿਕ ਤੌਰ 'ਤੇ ਵੀ ਅਸੀਂ ਕੋਈ ਕੁਛ ਮਦਦ ਨਹੀਂ ਕੀਤੀ। ਤਾਂ ਉਹ ਲੋਕ ਜਿਹੜੇ ਸੀ ਉਹਨਾਂ ਨਾਲ ਗੁਰੂਆਂ ਨਾਲ ਜੁੜ ਕੇ, ਹੁਣ ਲੋਕ ਜਾਂਦੇ ਨੇ ਕੋਈ ਉਹਨਾਂ ਨੂੰ ਲੋੜ ਆ ਉਹ ਗੁਰੂ ਘਰ 'ਚ ਜਾਂਦੇ ਨੇ, ਅਸੀਂ ਕਹਿੰਦੇ ਹਾਂ ਵੀ ਉਹ ਅਰਦਾਸ ਕਰਦੇ ਨੇ ਉਹਨਾਂ ਦੀ ਪੂਰੀ ਨਹੀਂ ਹੁੰਦੀ, ਫਿਰ ਉਹ ਡੇਰੇ 'ਤੇ ਜਾਂਦੇ ਨੇ ਉਹ ਕਹਿੰਦੇ ਅਸੀਂ ਬੈਠੇ ਰੱਬ ਦੇ ਸ਼ਰੀਕ, ਅਸੀਂ ਤੇਰੀ ਪੂਰੀ ਕਰ ਦਿੰਦੇ ਹਾਂ। ਉੱਥੇ ਹੁਣ ਮੰਨ ਲਓ 20 ਬੰਦੇ ਗਏ ਨੇ, 20 ਵਿੱਚੋਂ ਸਾਰਿਆਂ ਦੀਆਂ ਮੰਗਾਂ ਤਾਂ ਪੂਰੀਆਂ ਨਹੀਂ ਹੋਣੀਆਂ, 2-4 ਪੰਜਾਂ ਦੀਆਂ ਹੋ ਜਾਣੀਆਂ ਨੇ ਪੂਰੀਆਂ, ਉਹ ਜਿਹਨਾਂ ਦੀਆਂ ਪੰਜਾਂ ਦੀਆਂ ਹੋ ਗਏ ਪੱਕੇ ਲੱਗ ਗਏ, ਉਹਨਾਂ ਪੰਜਾਂ ਨੇ 50 ਹੋਰ ਲੈ ਜਾਣੇ ਨੇ, ਉਹਨਾਂ 'ਚੋਂ 10 ਦੀਆਂ ਫਿਰ ਹੋ ਗਈਆਂ 15, ਇੱਦਾਂ ਇਹਨਾਂ ਦੀ ਗਿਣਤੀ ਵੱਧਦੀ ਰਹਿੰਦੀ ਇਹਨਾਂ ਦੇ ਚੇਲਿਆਂ ਦੀ। ਅੱਗੇ ਸਰ ਮੈਂ ਤਾਂ ਗੁਰਦੁਆਰੇ ਗੱਲ ਕਰਦੇ ਸਰ, ਗੁਰਦੁਆਰੇ ਕਈ ਵਾਰੀ ਨਾ ਜਾਂ ਪ੍ਰਬੰਧ ਚੋਣ ਲਈ ਲੜਾਈ ਝਗੜਾ ਹੋ ਜਾਂਦੇ ਆ, ਉਹ ਇਹਨੂੰ ਵੀ ਉਹ ਵਰਤਣ, ਦੇਖੋ ਜੀ ਉੱਥੇ ਤਾਂ ਕੁਛ ਹੈ ਨਹੀਂ ਤਾਂ ਆਪ ਲੜ ਜਾਂਦੇ, ਇਹਨੂੰ ਵੀ ਉਹ ਵਰਤਦੇ ਨੇ, ਇਹਨੂੰ ਵੀ ਉਹ ਵਰਤਦੇ ਨੇ। ਇੱਕ ਮੈਂ ਉਹਨਾਂ ਦੀ ਇੱਕ ਹੋਰ ਗੱਲ ਦੇਖੀ ਆ ਲਾਈਟਾਂ ਵਾਲਾ ਜੀ ਨੂਰਮਿਲ ਦੀ ਗੱਲ ਕਰਦੇ ਹੁੰਦੇ, ਇੱਕ ਵਾਰੀ ਉੱਥੇ ਉਹਨਾਂ ਦੇ ਇੱਕ ਬੰਦੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਕਿਸੇ ਮਹਿਸੂਸ ਕਰ ਰਹੇ ਸੀ ਉਹ ਤੋਂ ਬੰਦੇ ਉਹਨਾਂ ਦੇ ਬੰਦੇ ਆਏ ਸੀ, ਚਲੋ ਉਹਦੀ ਮੈਂ ਐਜੂਕੇਸ਼ਨ ਦੀ ਗੱਲ ਕੀਤੀ ਅਤੇ ਉਹ ਮਾਸਟਰ ਡਿਗਰੀ ਨਹੀਂ ਸਾਰਿਆਂ ਕੋਲ, ਅਤੇ ਸਾਡੇ ਗੁਰੂ ਘਰਾਂ ਵਿੱਚ ਕਈ ਵਾਰੀ ਆਮ ਕੋਈ ਥੋੜ੍ਹਾ ਪਾਠ ਕਰਨਾ ਸਿੱਖ ਲਿਆ ਥੋੜ੍ਹਾ ਜਿਹਾ ਅਤੇ ਉਹਨੂੰ ਆਪਾਂ ਗਿਆਨੀ ਦੀ ਸੇਵਾ ਜਾਂ ਵਜ਼ੀਰ ਦੀ ਸੇਵਾ ਦੇਣ ਹੈਗੇ ਆ, ਮੇਰੇ ਖਿਆਲ ਇਹ ਵੀ ਥੋੜ੍ਹੀ ਲੱਗਦਾ ਮੈਨੂੰ ਬਈ ਇਹਨਾਂ ਡੇਰਿਆਂ ਵਾਲਿਆਂ ਨੇ, ਇਹਦੇ ਕਰਕੇ ਉਹ ਵਧੇ ਆ। ਹਾਂਜੀ ਹਾਂਜੀ, ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ। ਔਰ ਮੈਂ ਦੇਖਿਆ ਵੀ ਉਹਨਾਂ ਨੇ ਜਿਹੜੇ ਪ੍ਰਚਾਰਕ ਤਿਆਰ ਕੀਤੇ ਨੇ ਉਹਨਾਂ ਨੂੰ ਤਿਆਰ ਕੀਤਾ, 10-10, 5-5 ਸਾਲ ਲਾ ਕੇ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਇਹੋ ਹੀ ਪੰਕਤੀਆਂ ਕੱਢ ਕੱਢ ਕੇ ਆਪਣੇ ਜਿਹੜੀਆਂ ਨੇ ਜਿਵੇਂ ਵੀ ਜਿਹੜੀਆਂ ਸੰਤ ਤੇ ਨੇ ਜਿਹੜੀਆਂ ਇੱਧਰ ਨੂੰ ਖਿੱਚਦੀਆਂ ਨੇ ਉਹਨਾਂ ਦੇ ਗਲਤ ਅਰਥ ਕੱਢ ਕੱਢ ਕੇ ਆਪਣੇ ਬਾਬੇ ਨਾਲ ਜੋੜ ਲਿਆ, ਜਦ ਕਿ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਵੀ ਨਹੀਂ ਇਹਦਾ ਅਰਥ ਆਇਆ, ਜਿਵੇਂ ਮੈਂ ਤੁਹਾਨੂੰ ਵੀ
ਰਾਮ ਜੋਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਉਹ ਕਹਿੰਦੇ ਵੇਖੋ ਜੀ ਬਾਣੀ 'ਚ ਲਿਖਿਆ ਸੰਤ ਨਾਮ ਜਪਾਉਂਦਾ, ਅਸੀਂ ਲੋਕਾਂ ਨੂੰ ਦੱਸਿਆ ਨਹੀਂ ਵੀ ਮੁਕਤੀ ਦੇਣ ਵਾਲਾ ਪਰਮੇਸ਼ੁਰ ਆ ਅਤੇ ਉਹਦਾ ਨਾਮ ਜਪਾ ਕੇ ਗੁਰੂ, ਸੰਤ ਜਪਾਵੇ ਨਾਮ ਭਾਵ ਗੁਰੂ ਨੇ ਨਾਮ ਦੇਣਾ, ਸਤਿਗੁਰ ਦਾਤਾ ਹਰ ਨਾਮ ਕਾ ਹੈ, ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲਾ ਕੋਟੀ ਕਰਮ ਕਮਾਓ, ਜਿੰਨੇ ਮਰਜ਼ੀ ਕਰਮ ਕਰੋ ਸਤਿਗੁਰ ਤੋਂ ਬਗੈਰ। ਫਿਰ ਉਹਨਾਂ ਨੇ ਇਹਨੂੰ ਵੀ ਜੋੜ ਲਿਆ, ਵੇਖੋ ਜੀ ਮੇਰੇ ਕੋਲ ਇੱਕ ਆਇਆ ਸੀਗਾ, ਮੈਂ ਬੈਂਕ 'ਚ ਜੋਬ ਕਰਦਾ ਹੁੰਦਾ ਸੀ ਅਤੇ ਉਹਨੇ ਰੋਜ਼ ਆਉਣਾ ਕਹਿੰਦਾ ਤੁਸੀਂ ਨਾਮ ਲੈ ਲਓ, ਤੁਸੀਂ ਨਾਮ ਲੈ ਲਓ, ਅਤੇ ਮੈਂ ਕਿਹਾ ਅੱਛਾ ਕਿਹਦੇ ਕੋਲ ਨਾਮ ਲੈ ਲਈਏ, ਉਹ ਕਹਿੰਦਾ ਜਿੱਦਾਂ ਸਾਡੇ ਬਾਬੇ ਨੇ ਉਹਨਾਂ ਕੋਲ ਨਾਮ ਲੈ ਲਓ, ਹੈ ਨਾ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੁਹਾਡਾ ਬਾਬਾ ਕੋਲ ਨਾਮ ਲੈ ਲਈਏ, ਅਤੇ ਮੈਂ ਸਾਡੇ ਭਾਈ ਸਾਹਿਬ ਨੇ ਲਿਖਿਆ, ਭਾਈ ਗੁਰਦਾਸ ਜੀ ਨੇ, ਇੱਕ ਸਿੱਖ ਦੋ ਸਾਸਨ ਪੰਜੀ ਪਰਮੇਸ਼ਰ, ਅਤੇ ਮੈਂ ਪੰਜਾਂ ਕੋਲੋਂ ਨਾਮ ਲਿਆ ਅਤੇ ਤੇਰਾ ਬਾਬਾ ਇੱਕ ਹੈ, ਤੂੰ ਚਲੋ ਉਹਨੂੰ ਸਿੱਖ ਮੰਨ ਲੈਂਦੇ ਹਾਂ, ਵੈਸੇ ਤਾਂ ਸਿੱਖ ਵੀ ਨਹੀਂ ਹੈਗਾ, ਵੈਸੇ ਤਾਂ ਉਹ ਸਿੱਖ ਵੀ ਨਹੀਂ ਹੈ, ਪਰ ਚਲੋ ਮੰਨ ਕੇ ਸਿੱਖ ਮੰਨ ਕੇ ਤੁਰ ਪੈਂਦੇ, ਤੇ ਤੂੰ ਇੱਕ ਕੋਲੋਂ ਨਾਮ ਲਿਆ, ਮੈਂ ਪੰਜਾਂ ਕੋਲ ਲਿਆ, ਮੈਂ ਪਰਮੇਸ਼ਰ ਕੋਲ ਲਿਆ, ਤੂੰ ਇੱਕ ਕੋਲ ਲਿਆ, ਹੁਣ ਸਿੱਖ ਵੱਡਾ ਕਿ ਪਰਮੇਸ਼ਰ ਵੱਡਾ, ਕਹਿੰਦਾ ਪਰਮੇਸ਼ਰ ਵੱਡਾ, ਤੇ ਮੈਂ ਕਿਹਾ ਫਿਰ ਤੂੰ ਗਲਤ ਹੈ, ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ। ਥੋੜ੍ਹੀ ਜਿਹਾ ਹੋਰ ਪੰਜਾਬ ਪ੍ਰਬੰਧਕ ਅਤੇ ਸੰਗਤ ਨੂੰ ਕਿੱਦਾਂ ਇਹ ਗਰੂੜਾ ਮੁਠਾਂ ਪਾਉਣ ਲਈ ਕਿੱਦਾਂ ਯੋਗਦਾਨ ਪਾਉਣਾ? ਇਹ ਮੇਰੀ ਜਿਹੜੀ ਆਪਣੀ ਸੋਚ ਆ ਇਹ ਹੈ ਵੀ ਗੁਰੂ ਘਰਾਂ 'ਚ ਗੁਰਬਾਣੀ ਨੂੰ ਪੜ੍ਹਾਉਣੀ ਸਮਝਾਉਣੀ ਸ਼ੁਰੂ ਕਰੀਏ, ਨਾ ਕਿ ਡਿਲੀਵਰ ਕਰੀਏ। ਅਸੀਂ ਕਰਦੇ ਹਾਂ ਡਿਲੀਵਰ, ਲੈਕਚਰ ਕਰਦੇ ਹਾਂ, ਕਥਾ ਕਰਦੇ ਹਾਂ, ਇੱਕ ਬੋਲੀ ਜਾ ਰਿਹਾ, ਸੰਗਤ ਕੋਈ ਇਨਵੋਲਵ ਨਹੀਂ ਹੈ, ਉਹ ਬੈਠੇ ਆਪਣੀਆਂ ਭਾਵੇਂ ਗੱਲਾਂ ਕਰੀ ਜਾਣ, ਉਹ ਐਬਸੈਂਟ ਬੈਠੇ ਨੇ, ਗੁਰਦੁਆਰੇ 'ਚ ਬੈਠੇ ਨੇ, ਐਬਸੈਂਟ ਬੈਠੇ ਨੇ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ, ਉਹਨਾਂ ਦਾ ਇੰਟਰਸਟ ਕ੍ਰੀਏਟ ਕੀਤਾ ਜਾਏ, ਉਹਨਾਂ ਨੂੰ ਖਿੱਚਿਆ ਜਾਏ, ਇਕੱਲੇ ਇਕੱਲੇ ਨਾਲ ਆਈ ਕੰਟੈਕਟ ਹੋਵੇ, ਜਿਹੜਾ ਕਥਾ ਕਰ ਰਿਹਾ ਉਹਨੂੰ ਆਪਣੇ ਵਿਸ਼ੇ 'ਤੇ ਪੂਰਾ ਗਿਆਨ ਹੋਵੇ, ਜਿਹੜਾ ਉਹਨੇ ਵਿਸ਼ਾ ਸ਼ੁਰੂ ਕੀਤਾ ਉਸ ਵਿਸ਼ੇ 'ਤੇ ਰਹੇ, ਉਸ ਵਿੱਚ ਹਾਲਾਂਕਿ ਮੈਂ ਵੀ ਕਈ ਵਾਰ ਵਿਸ਼ੇ ਤੋਂ ਬਾਹਰ ਚੱਲ ਜਾਂਦਾ ਕਿਉਂਕਿ ਮੈਨੂੰ ਤਾਂ ਜੋ ਮਿਲਦਾ ਨਹੀਂ ਨਾ ਵੀ ਮੈਂ ਸੱਚੀ ਕਹਿੰਦਾ ਵਾ ਵੀ ਮੈਂ ਵਿਸ਼ੇ ਬਹੁਤ ਬਣਾਏ ਸੀਗੇ, ਚਾਹੁੰਦਾ ਵੀ ਸੀ ਸੰਗਤ ਵਿੱਚ, ਪਰ ਕਿਤੇ ਜਿੱਥੇ ਜਾਈਦਾ ਉੱਥੇ ਅਜੇ ਲੈਵਲ ਦੀ ਸੰਗਤ ਨਹੀਂ ਮਿਲਦੀ, ਕਹਿਣਾ ਤਾਂ ਨਹੀਂ ਚਾਹੀਦਾ ਹੁਣ ਸੰਗਤ ਬਖਸ਼ਿਸ਼ ਹੁੰਦੀ ਹੈ, ਪਰ ਉਹਦੇ ਵਿੱਚ ਇੱਦਾਂ ਹੁੰਦੇ ਵੀ ਕਈ ਅਜੇ ਨਵੇਂ ਕੋਲ ਘਰ ਆਉਣ ਲੱਗੇ ਹੁੰਦੇ, ਕਈ ਲੰਬੇ ਚਤਵਾਰ ਹੈ ਹੁੰਦੇ, ਉਹਦੇ ਕਰਕੇ ਸਾਨੂੰ ਪੜ੍ਹਾਉਣਾ ਪਏਗਾ, ਜਿੱਦਾਂ ਹੁਣ ਸਕੂਲਾਂ 'ਚ ਕਾਲਜਾਂ 'ਚ ਉਹ ਪੜ੍ਹਾਉਣ ਦੇ ਤਰੀਕੇ ਬਦਲ ਗਏ ਨੇ, ਜਦੋਂ ਸਾਨੂੰ ਪੜ੍ਹਾਉਂਦੇ ਜਦੋਂ ਅਸੀਂ ਪੜ੍ਹਦੇ ਸੀ ਉਹ ਤਰੀਕੇ ਹੋਰ ਸੀ, ਹੁਣ ਤੁਸੀਂ ਸਕੂਲਾਂ ਕਾਲਜਾਂ 'ਚ ਦੇਖੋ, ਤੁਸੀਂ ਤਾਂ ਇੱਦਾਂ ਮੁਲਕਾਂ 'ਚ ਰਹਿੰਦੇ ਹੋ, ਕਿਵੇਂ ਬੱਚਿਆਂ ਨੂੰ ਕਿਹੜੇ ਨਵੀਆਂ ਟੈਕਨੀਕਾਂ ਨਾਲ ਪੜ੍ਹਾਉਂਦੇ ਨੇ, ਪਰ ਸਾਡੀ ਗੁਰਦੁਆਰਿਆਂ ਦੀ ਉਹੀ ਟੈਕਨੀਕ, ਉਹੀ ਪੁਰਾਣਾ ਇੱਕ ਬੰਦਾ ਬੈਠਾ ਉਹ ਲੈਕਚਰ ਕਰੀ ਜਾਂਦਾ, ਅੱਗੇ ਕੋਈ ਸੁਣਦਾ ਜਾਂ ਨਹੀਂ ਸੁਣਦਾ, ਨਹੀਂ ਇੱਕ ਇੱਕ ਪੰਕਤੀ ਲੈ ਕੇ ਉਹਨਾਂ ਨੂੰ ਸਮਝਾਇਆ ਜਾਏ, ਇੱਕ ਸ਼ਬਦ ਲੈ ਕੇ ਸਾਹਮਣੇ ਪ੍ਰੋਜੈਕਟਰ ਹੈਗੇ ਨੇ, ਅੱਜ ਕੱਲ੍ਹ ਜਿਹੜੀ ਟੈਕਨੀਕ ਹੈ ਉਹਨੂੰ ਵਰਤੋਂ ਗੁਰਦੁਆਰੇ 'ਚ, ਪ੍ਰੋਜੈਕਟਰ ਲਾ ਕੇ ਜਿਹੜੇ ਆਏ ਨੇ ਉਹਨਾਂ ਨੂੰ ਕੁਛ ਦਈਏ, ਫਿਰ ਉਹਨਾਂ ਨੂੰ ਦੱਸੀਏ ਵੀ ਇਹ ਬਾਣੀ ਤੁਹਾਡੇ ਦੁੱਖ ਵੀ ਦੂਰ ਕਰਦੀ ਹੈ, ਇਹ ਬਾਣੀ ਤੁਹਾਡੀ ਭੁੱਖ ਵੀ ਦੂਰ ਕਰਦੀ ਹੈ, ਇਹ ਬਾਣੀ ਤੁਹਾਨੂੰ ਆਤਮਕ ਤੌਰ 'ਤੇ ਹੈ, ਇਹ ਬਾਣੀ ਤੁਹਾਨੂੰ ਅਮਰ ਵੀ ਕਰਦੀ ਹੈ, ਇਹ ਬਾਣੀ ਤੁਹਾਨੂੰ ਪਰਮਾਤਮਾ ਬਣਾ ਦਿੰਦੀ ਹੈ ਜਿਉਂਦੇ ਜੀ, ਜਿਨ ਹਰ ਜਪਿਆ ਸੀ ਹਰ ਕੋਏ ਹਰ ਮਿਲਿਆ ਕੇਲ ਕਿਲਾ ਲਈ, ਹੁਣ ਕਿਤੇ ਕਿਸੇ ਬਾਬੇ ਕੋਲ ਜਾਣ ਦੀ ਲੋੜ ਹੈ? ਵਾਹਿਗੁਰੂ ਦਾ ਨਾਮ ਜਪਣ ਲਈ ਕਿਸੇ ਬਾਬੇ ਕੋਲ ਜਾਣ ਦੀ ਲੋੜ ਹੈ? ਨਹੀਂ, ਜਿਹਨੇ ਹਰ ਜਪਿਆ, ਜਿਹਨੇ ਗੁਰੂ ਗੁਰੂ ਜਪਿਆ ਉਹ ਗੁਰੂ ਦਾ ਸਰੂਪ ਹੋ ਗਿਆ। ਇਹ ਚੀਜ਼ਾਂ ਲੋਕਾਂ ਨੂੰ ਦੱਸਾਂਗੇ ਇਕੱਲੇ ਇਕੱਲੇ ਬੰਦੇ ਨੂੰ ਪਰਸਨਲ ਅਪਰੋਚ ਕਰਕੇ ਜਿਹੜੇ ਸਾਡੇ ਕੋਲ ਗੁਰਦੁਆਰੇ ਆਉਂਦੇ ਨੇ, ਅਤੇ ਇਹਦੇ ਵਾਸਤੇ ਸਾਨੂੰ ਫਿਰ ਮਿਹਨਤ ਕਰਨੀ ਪੈਣੀ। ਮੈਂ ਥੋੜ੍ਹੀ ਜਿਹੀ ਇੱਕ ਮੈਨੂੰ ਲੱਗੇ ਜਿੱਥੋਂ ਉਹਨਾਂ ਦੇ ਲੋਕ ਜ਼ਿਆਦਾ ਮਗਰ ਲੱਗਣ ਦਾ, ਉਹ ਸਾਡੇ ਪੋਲੀਟੀਕਲ ਬੰਦੇ ਜਿਹੜੇ ਨੇ ਸਾਡੇ ਹੈਗੇ ਆ, ਪਾਰਟੀਆਂ ਹੈਗੀਆਂ ਜਾਂ ਅਕਾਲੀ ਪਾਰਟੀ ਜਾਂ ਕਾਂਗਰਸ ਪਾਰਟੀ ਆ, ਇਹ ਸਦਾ ਹੀ ਗੁਰੂ ਰਾਮ ਦੇ ਪੈਰਾਂ 'ਚ ਬੈਠੇ ਹੁੰਦੇ ਆ, ਉੱਥੋਂ ਦੇਖ ਕੇ ਲੋਕਾਂ ਨੂੰ ਕਹਿੰਦੇ ਦੇਖੋ ਇਹ ਤਾਂ ਐਡੇ ਐਡੇ ਚੀਫ ਮਿਨਿਸਟਰ ਮਿਨਿਸਟਰ ਦੇ ਪੈਰਾਂ 'ਚ ਬੈਠੇ, ਮਤਲਬ ਜ਼ਰੂਰ ਇਹਨਾਂ ਕੋਲ ਕੁਛ ਹੈਗਾ, ਇਹ ਥੋੜ੍ਹਾ ਜਿਹਾ ਇਹ ਤਾਂ ਕਰੋ ਵੀ ਉਹ ਕੱਲ੍ਹ ਜਾਂਦੇ ਆ ਅਤੇ ਉਹਨਾਂ ਤੋਂ ਕੀ ਲੈਂਦੇ, ਉਹ ਉਹਨਾਂ ਤੋਂ ਕੀ ਲੈਂਦੇ ਆ? ਇਹ ਜਾਂਦੇ ਨੇ ਵੋਟਾਂ ਲੈਣ ਵਾਸਤੇ, ਮਾਇਆ ਵੀ ਲੈਂਦੇ ਆ, ਮਾਇਆ ਵੀ ਲੈਂਦੇ ਵੋਟਾਂ, ਮਾਇਆ ਵੀ ਲੈਂਦੇ ਨੇ ਅਤੇ ਵੋਟਾਂ ਵੀ ਲੈਂਦੇ ਨੇ।
ਇਹ ਜਿਹੜੇ ਜਦੋਂ ਇਹ ਜਾਂਦੇ ਨੇ ਉਹ ਇਹਨਾਂ ਨੂੰ ਤਾਂ ਸਨਮਾਨ ਕਰਦੇ ਨੇ ਵੀ ਇਹ ਜਦੋਂ ਵੱਡੇ ਬੰਦੇ ਆਉਂਦੇ ਨੇ ਤੇ ਜਿਹੜੇ ਲੋਕ ਇਹਨਾਂ ਦੇ ਮਗਰ ਲੱਗੇ ਨੇ ਆਪੇ ਨੇਰੇ ਤੇ ਦੋਨਾਂ ਦਾ ਲੈਣ ਦੇਣ ਆਪਸ ਵਿੱਚ ਉਹ ਫਿਰ ਅੱਗੇ ਅੱਗੇ ਨਾਲ ਤੋਂ ਪੋਲੀਟਿਕ ਬੰਦੇ ਆਪਣੇ ਕੰਮ ਕਰਾ ਲੈਂਦੇ ਆ, ਲੋਕ ਕਹਿੰਦੇ ਨੇ ਬਾਬਾ ਕੋਈ ਚੱਲੋ ਜੀ ਨਾਲੇ ਕੰਮ ਕਰਾ ਲੈਣਾ, ਨੌਕਰੀ ਵੀ ਮਿਲ ਜਾਣੀ ਆ, ਸਾਡਾ ਮੁੰਡਾ ਬੱਚੇ ਵਿਦੇਸ਼ ਵੀ ਘੱਲ ਸਕਦੇ ਹੈਗੇ ਆ ਜੇ ਕੋਈ ਬੰਦਾ ਫਸਿਆ ਕੋਈ ਇਸ ਬਣਿਆ ਨਾ, ਰੱਬ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਾ, ਉਹਨਾਂ ਰੱਬ ਦਾ ਨਾਲ ਕੋਈ ਲੈਣ ਦੇਣ, ਇਹਨਾਂ ਦੋਨਾਂ ਦਾ ਰਲ ਕੇ ਕੌਮ ਨੂੰ ਧੋਖਾ ਦੇ ਰਿਹਾ, ਮਨੁੱਖਤਾ ਨੂੰ ਧੋਖਾ ਦੇ ਰਿਹਾ, ਮਨੁੱਖਤਾ ਸਾਰੀ ਨੂੰ ਧੋਖਾ ਦੇ ਰਹੇ ਨੇ। ਮੈਂ ਇੱਕ ਵਾਰੀ ਇੱਕ ਬੰਦੇ ਨੂੰ ਪੁੱਛ ਲਿਆ ਪੰਜ ਚਾਰ ਮੇਰੇ ਤੋਂ ਕਿਤੇ ਕੁਦਰਤੀ ਬੈਠੇ ਸੀਗੇ MLA, ਮੈਂ ਕਿਹਾ ਤੁਹਾਡੇ ਕਰਕੇ ਆਹ ਗਰੁੱਡਮ ਵੱਧ ਰਿਹਾ ਹੈਗਾ, ਤੁਸੀਂ ਘਟਨਾ ਜਾਇਆ ਕਰੋ। ਨਹੀਂ ਜੀ ਕਿਤੇ ਕੇਰੀ ਸਾਡੀ ਮਜ਼ਬੂਰੀ ਹੈ ਜੀ, ਨਹੀਂ ਤਾਂ ਫਿਰ ਦੂਜੀ ਪਾਰਟੀ ਵਾਲੇ ਚੱਲ ਜਾਂਦੇ ਆ, ਉਹਨਾਂ ਦੀਆਂ ਅਖਬਾਰਾਂ ਫੋਟੋ ਛਪ ਜਾਣੀਆਂ ਹੈਗੀਆਂ ਅਤੇ ਉਹ ਪੈਸੇ ਵੀ ਲੈ ਜਾਂਦੇ ਅਤੇ ਵੋਟਾਂ ਵੀ ਲੈ ਜਾਂਦੇ, ਅਸੀਂ ਪਿੱਛੇ ਰਹਿੰਦੇ, ਸਾਡਾ ਫਿਰ ਇੱਦਾਂ ਹੀ ਤਾਂ ਰਾਜ ਭਾਗ ਸੰਭਾਲ ਨਹੀਂ ਸਕਦੇ, ਆਉਣਾ ਨਹੀਂ ਸਾਡੇ ਕੋਲ। ਦੇਖੋ ਜਿਹੜਾ ਸਾਡੀ ਕਿਤੇ ਮਜ਼ਬੂਰੀ ਆ ਜੀ, ਉਹ ਮੈਨੂੰ ਕਹਿੰਦਾ ਸਾਡੀ ਮਜ਼ਬੂਰੀ ਆ ਜੀ, ਜਾਣਾ ਪੈਂਦਾ ਸਾਨੂੰ। ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦੇ ਜਾਣ ਤੋਂ ਪਹਿਲਾਂ ਸਾਰਾ ਸੰਸਾਰ ਦੁਖੀ ਸੀ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸਾਈ। ਗੁਰੂ ਨਾਨਕ ਸਾਹਿਬ ਇਹ ਦਵਾਈ ਲਿਆਏ ਸੀ ਗੁਰਬਾਣੀ ਲੋਕਾਂ ਦੇ ਦੁੱਖ ਕੱਟਣ ਵਾਸਤੇ। ਦੁੱਖ ਕਿਹੜਾ ਆ? ਵਿਛੋੜਾ, ਪਰਮਾਤਮਾ ਨੂੰ ਵਿਛੜ ਕੇ ਹੀ ਅਸੀਂ ਦੁੱਖ ਪਾ ਰਹੇ ਹਾਂ। ਇਹ ਬਾਣੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦੀ ਹੈ। ਇਹ ਬਾਣੀ ਜੋ ਜੀਓ ਜਾਣੇ ਅਤੇ ਸੰਤ ਰਵੇ ਹਰ ਨਾਮ। ਤੋ ਆਪਾਂ ਲੋਕਾਂ ਨੂੰ ਇਹ ਦੱਸਣਾ ਹੈ ਵੀ ਬਾਣੀ ਪੜ੍ਹਨ ਵਾਲਾ, ਬਾਣੀ ਪੜ੍ਹ ਕੇ ਸੁਣਾਉਣ ਵਾਲਾ ਗੁਰੂ ਨਹੀਂ ਹੋ ਸਕਦਾ। ਜਿੱਦਾਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਮੈਂ ਦਿੰਦਾ ਵੀ ਕਿਸੇ ਕੋਈ ਪਤਨੀ ਅਨਪੜ੍ਹ ਹੈਗੀ ਹੈ, ਉਹਦੇ ਪਤੀ ਨੇ ਬਾਹਰੋਂ ਚਿੱਠੀ ਪਾਈ, ਉਹਨੂੰ ਕਿਤੇ ਗਿਆ ਸੀ, ਉਹਨੇ ਚਿੱਠੀ ਲਿਖੀ ਅਤੇ ਉਹ ਡਾਕੀ ਕੋਲ ਲੈ ਗਈ। ਡਾਕੀ ਨੇ ਚਿੱਠੀ ਦਿੱਤੀ, ਕਹਿੰਦੀ ਪੜ੍ਹ ਕੇ ਸੁਣਾ ਦੇ ਵੀਰ, ਮੈਂ ਤਾਂ ਅਨਪੜ੍ਹ ਹਾਂ। ਡਾਕੀ ਉਹਨੇ ਲਿਖੀ ਸੀ ਚਿੱਠੀ ਲਿਖਣ ਵਾਲੇ ਨੇ, ਮੇਰੀ ਪਿਆਰੀ ਪਤਨੀ। ਉਹ ਡਾਕੀਆ ਹੁਣ ਪੜ੍ਹ ਕੇ ਸੁਣਾਉਣ ਲੱਗਾ, ਮੇਰੀ ਪਿਆਰੀ ਪਤਨੀ। ਹੁਣ ਉਹ ਡਾਕੀਏ ਦੀ ਪਤਨੀ ਤਾਂ ਨਹੀਂ ਬਣ ਗਈ, ਡਾਕੀਆ ਤਾਂ ਪੜ੍ਹ ਕੇ ਸੁਣਾਉਣ ਵਾਲਾ। ਇਹ ਡਾਕੀਏ ਨੇ ਸਾਰੇ, ਇਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਬ੍ਰਹਮ ਗਿਆਨੀ ਹਾਂ, ਮੈਂ ਗੁਰੂ ਹਾਂ, ਮੈਂ ਸੰਤ ਹਾਂ, ਇਹ ਤਾਂ ਗੁਰੂ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲੇ ਨੇ, ਇਹ ਗੁਰੂ ਕਿਵੇਂ ਬਣ ਗਏ? ਇਹ ਲੋਕਾਂ ਨੂੰ ਦੱਸਣਾ ਵੀ ਇਹ ਡਾਕੀਏ ਹੈਗੇ ਨੇ, ਸਿਰਫ ਲਾਊਡ ਸਪੀਕਰ ਹੈਗੇ ਨੇ, ਇਹ ਮੈਸੇਜ ਦੇਣ ਵਾਲੇ। ਇੰਨੇ ਦੋਸ਼ ਲੱਗਦੇ ਆ ਬੱਚਿਆਂ ਦੇ, ਰੇਪ ਦੇ ਦੋਸ਼ ਲੱਗਦੇ ਆ, ਕਤਲ ਦੇ ਦੋਸ਼ ਲੱਗਦੇ ਹੈਗੇ ਆ, ਜ਼ਮੀਨਾਂ ਕਬਜ਼ੇ ਕਰਨ ਦੇ ਦੋਸ਼ ਲੱਗਦੇ ਹੈਗੇ ਆ, ਫਿਰ ਵੀ ਲੋਕ ਇਹਨਾਂ ਕੋਲ ਜਾਈ ਜਾਂਦੇ ਰਹਿੰਦੇ ਆ। ਅਸੀਂ ਮੇਰੇ ਖਿਆਲ ਲੋਕਾਂ ਨੂੰ ਦੱਸ ਨਹੀਂ ਸਕੇ ਵੀ ਇਹ ਲੋਕ ਤਾਂ ਨਹੀਂ, ਆਪਾਂ ਨੂੰ ਇਹਨਾਂ ਕੋਲ ਜਾਣਾ ਚਾਹੀਦਾ। ਅਸੀਂ ਸਾਡੀ ਮੇਰੇ ਪ੍ਰਬੰਧਕਾਂ ਦੀ ਅਤੇ ਮੀਡੀਆ ਡਿਊਟੀ ਬਣਦੀ ਸੀ ਨਾ ਇਹ ਦੱਸਣ ਦੀ ਵੀ ਉਹਨਾਂ ਨੂੰ ਨੰਗੇ ਕਰਨਾ ਚਾਹੀਦਾ ਸੀ ਨਾ ਵੀ ਇਹ ਤਾਂ ਲੁੱਟ ਰਹੇ ਲੋਕਾਂ ਨੂੰ, ਉਹਨੇ ਡਿਊਟੀ ਨਿਭਾਈ ਨਹੀਂ, ਮੀਡੀਆ ਨੇ ਵੀ ਡਿਊਟੀ ਨਿਭਾਈ ਆਪਣੀ। ਰਲ ਗਏ ਨਾ, ਰਲ ਗਏ। ਜਦੋਂ ਪੰਜਾਬੀ 'ਚ ਮੈਂ ਕਹਾਂ ਵੀ ਚੋਰ ਅਤੇ ਕੁੱਤਾ ਰਲ ਜਾਣ ਅਤੇ ਮਾਲਕ ਤਾਂ ਫਿਰ ਲੁੱਟਿਆ ਹੀ ਜਾਣਾ, ਮਾਲਕ ਤਾਂ ਲੁੱਟਿਆ ਹੀ ਜਾਣਾ। ਪਬਲਿਕ ਹੈਗੀ ਹੈ ਮਾਲਕ, ਉਸੀ ਮਾਲਕ, ਇਹ ਰਲ ਗਏ ਸਾਰੇ। ਇਹ ਗੁਰੂ ਡੈਮ ਕੋ ਲੋਕਾਂ ਦਾ ਲੁੱਟਿਆ ਧਨ ਬਹੁਤ ਹੁੰਦਾ, ਉਹ ਮੀਡੀਆ ਬੜੇ ਬੜੇ ਇਸ਼ਾਰ ਦਿੰਦੇ ਆ ਅਤੇ ਲੋਕ ਉਹਨਾਂ ਕੋਲ ਹੋਰ ਜਾਣ ਲੱਗ ਪੈਂਦੇ ਆ। ਪਬਲਿਕ ਫਿਰ ਨਾਲੇ ਮਹਾਰਾਜ ਨੇ ਕਿਹਾ ਪਰਜਾ ਦੀ ਗਿਆਨ ਮੈਨੂੰ ਕੁੜਕ ਸਤਮੁਖੋਂ ਲਾਏ, ਉਹਨਾਂ ਨੂੰ ਤਾਂ ਗਿਆਨ ਚਾਹੀਦਾ ਸੀ। ਤੁਸੀਂ ਇਹ ਚਾਹੁੰਦੇ ਵੀ ਮੀਡੀਆ ਵੀ ਆਪਣੀ ਇਹਨਾਂ ਬਾਰੇ ਜਿਹੜੇ ਵੀ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ, ਲੁੱਟ ਰਹੇ ਆ ਜਾਂ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਹੈਗੇ ਆ, ਮੇਰੀ ਤਾਂ ਉਹਨਾਂ ਡਿਊਟੀ ਬਣਦੀ ਵੀ ਉਹ ਇਹਨਾਂ ਨੂੰ ਲੋਕਾਂ ਦੇ ਵਿੱਚ ਇਹਨਾਂ ਨੂੰ ਨੰਗੇ ਕਰਨ। ਮੈਂ ਤਾਂ ਨਿਮਰਤਾ ਸਹਿਤ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇਹਦੀ ਸਜ਼ਾ ਬਹੁਤ ਮਿਲਣੀ ਹੈ। ਜਿਹੜਾ ਕਿਸੇ ਨੂੰ ਆਮ ਬੰਦੇ ਨੂੰ ਜਿਹਨੂੰ ਕੋਈ ਗਿਆਨ ਨਹੀਂ ਉਹਨੂੰ ਗੁੰਮਰਾਹ ਕਰਨਾ, ਉਹਨੂੰ ਗਲਤ ਰਸਤੇ 'ਤੇ ਪਾ ਦੇਣਾ, ਅਤੇ ਇਹਦੀ ਸਜ਼ਾ ਪਾਉਣ ਵਾਲੇ ਨੂੰ ਜ਼ਿਆਦਾ ਮਿਲਣੀ ਹੈ, ਜਾਣ ਵਾਲੇ ਨੂੰ ਘੱਟ ਮਿਲਣੀ ਹੈ, ਘੱਟ ਮਿਲਣੀ। ਅਤੇ ਇਹ ਜਿਹੜੇ ਜਿੰਨੇ ਵੀ ਗੁਰੂ ਡੈਮ ਵਾਲੇ ਨੇ ਇਹਨਾਂ ਨੂੰ ਇਹ ਝੂਠ ਜਿਹੜੇ ਵੀ ਪ੍ਰਮੋਟ ਕਰ ਰਹੇ ਇਹਨਾਂ ਨੂੰ, ਹਾਂ ਜਿਹੜੇ ਪ੍ਰਮੋਟ ਕਰ ਰਹੇ ਨੇ, ਚਾਹੇ ਇਲੈਕਟ੍ਰੋਨਿਕ ਮੀਡੀਆ ਹੈ ਅਤੇ ਚਾਹੇ ਉਹ ਪ੍ਰਿੰਟ ਮੀਡੀਆ ਕੋਈ ਵੀ ਹੋਵੇ, ਹਾਂ ਇਹ ਜਿਹੜੇ ਇਹ ਮਾਇਆ ਦੀ ਸ਼ੋਭਾ ਚਾਰ ਦਿਹਾੜੇ ਹੈ, ਮਾਇਆ ਲਈ ਕਰ ਲਏ ਨੇ, ਨਾ ਕਰੋ, ਲੋਕਾਂ ਨੂੰ ਸੁੱਖ ਦਿਓ। ਇਹ ਗੁਰਬਾਣੀ ਦਾ ਸੰਸਾਰ ਦੇ ਸਾਰੇ ਹਰ ਇੱਕ ਜੀਵ ਵਾਸਤੇ ਹੈ, ਇਹ ਕਿਸੇ ਇੱਕ ਧਰਮ ਦਾ ਕਬਜ਼ਾ ਇਹ 'ਤੇ ਨਹੀਂ ਹੋ ਸਕਦਾ। ਇਹ ਕਹਿ ਸਿੱਖ ਕਹਿਣ ਵੀ ਇਹ ਗੁਰਬਾਣੀ ਸਾਡੀ ਹੈ, ਨਹੀਂ, ਇਹ ਹਰ ਪ੍ਰਾਣੀ ਮਾਤਰ ਲਈ ਹੈ ਔਰ ਇਹਦਾ ਮੈਸੇਜ ਹਰ ਪ੍ਰਾਣੀ ਮਾਤਰ ਤੱਕ ਪਹੁੰਚਾਉਣਾ, ਹਰ ਮੀਡੀਆ ਦਾ
ਹਰ ਸੰਸਾਰ ਦੇ ਹਰ ਬੰਦੇ ਦਾ ਫਰਜ਼ ਹੈ ਅਤੇ ਸਹੀ ਮੈਸੇਜ ਲੋਕਾਂ ਤੱਕ ਪਹੁੰਚੇ ਅਤੇ ਸਾਡਾ ਤਾਂ ਫਿਰ ਬਣਦਾ ਹੀ ਹੈ ਸਿੱਖਾਂ ਸਾਡਾ ਤਾਂ ਪਹਿਲਾਂ ਮੁੱਢਲਾ ਫਰਜ਼ ਹੀ ਹੈ ਆਪ ਸੁਖੀ ਹੋਈਏ ਸੰਸਾਰ ਨੂੰ ਸੁਖੀ ਕਰੀਏ ਤੋ ਇਹ ਇਹ ਸੰਤ ਨਾਮ ਗੁਰੂ ਨਾਮ ਇਹ ਸਾਰਾ ਕੁਛ ਇਹ ਇਹ ਹੀ ਆ ਵੀ ਸੰਸਾਰ ਦੇ ਵਿੱਚ ਚਾਨਣ ਨਾ ਕਿਤੇ ਹੋ ਜਾਵੇ ਅਤੇ ਹਨੇਰੇ 'ਚ ਲੋਕ ਫਸੇ ਰਹਿਣ ਅਤੇ ਸਾਡੀ ਪੂਜਾ ਹੁੰਦੀ ਰਹੇ ਜੇ ਲੋਕਾਂ ਨੂੰ ਗਿਆਨ ਹੋ ਗਿਆ ਤਾਂ ਉਹਨਾਂ ਨੇ ਸੰਤ ਨਾਮ ਤੋਂ ਹਟ ਜਾਣਾ ਅਤੇ ਉਹਨਾਂ ਨੂੰ ਗਿਆਨ ਹੋਣ ਨਹੀਂ ਦੇਣਾ ਪਾਤਸ਼ਾਹ ਜੀ ਸੋਹਣੀ ਸੰਗਤ ਨੂੰ ਬੇਨਤੀਆਂ ਅਪੀਲ ਵੀ ਕੀਤੀ ਆ ਵੀ ਆਪਾਂ ਨਾ ਜਾਈਏ ਵੱਡੀ ਪੱਧਰ ਦੇ ਬੱਚਿਆਂ ਦਾ ਸ਼ੋਸ਼ਣ ਵੀ ਹੁੰਦਾ ਹੈਗਾ ਮੀਡੀਆ ਵੀ ਆਪਣੀ ਡਿਊਟੀ ਨਿਭਾਵੇ ਮੀਡੀਆ ਵੀ ਬਕਾਊ ਹੋ ਗਿਆ ਉਹ ਇਹਨਾਂ ਨੂੰ ਬੜੀ ਪ੍ਰਮੋਟ ਕਰਦਾ ਰਹਿੰਦਾ ਉਹਨਾਂ ਵਿੱਚ ਕੁਛ ਹਿੱਸਾ ਹੁੰਦਾ ਮਾਇਆ ਦੇ ਵਿੱਚ ਜਿੰਨੀ ਵੀ ਉਹਨਾਂ ਕੋਲ ਜਾਣੀ ਹੁੰਦੀ ਆ ਅਤੇ ਆਪਣਾ ਜੇ ਤੁਸੀਂ ਚਾਹੁੰਦੇ ਹਾਂ ਸਿੱਖ ਸੰਸਾਰ ਨੂੰ ਜਾਂ ਪੰਜਾਬ ਨੂੰ ਆਪਾਂ ਬਚਾਉਣਾ ਚਾਹੁੰਦੇ ਹਾਂ ਨਾ ਅਤੇ ਆਪਾਂ ਸਾਰਿਆਂ ਨੂੰ ਆਪਣੀ ਡਿਊਟੀ ਨਿਭਾਉਣੀ ਪੈਣੀ ਆ ਚਾਹੇ ਪੱਤਰਕਾਰ ਆ ਚਾਹੇ ਉਹ ਮੀਡੀਆ ਵਾਲਾ ਹੈਗਾ ਆ ਅਤੇ ਚਾਹੇ ਆਮ ਆਪਾਂ ਪ੍ਰਬੰਧਕ ਹੈਗੇ ਹਾਂ ਜਾਂ ਸੰਗਤ ਹੈਗੀ ਆ ਜਾਂ ਸਾਡੇ ਪ੍ਰਚਾਰਕ ਹੈਗੇ ਆ ਰਲ ਕੇ ਆਪਾਂ ਡਿਊਟੀ ਨਿਭਾਵਾਂਗੇ ਅਤੇ ਆਪਾਂ ਪੰਜਾਬ ਨੂੰ ਹੀ ਸਵਰਗ ਬਣਾ ਸਕਦੇ ਹੈਗੇ ਹਾਂ ਉਹ ਵੀ ਯੂਰਪ ਦੇ ਲੈਵਲ ਦਾ ਬਣ ਸਕਦਾ ਆ ਸਿਰਫ ਅਸੀਂ ਆਲਸੀ ਹੋਏ ਹਾਂ ਆਪਣੀ ਡਿਊਟੀ ਆਪਾਂ ਸਾਰੇ ਨਹੀਂ ਨਿਭਾ ਰਹੇ ਬੜੀ ਸ਼ਰਮ ਆਉਂਦੀ ਆ ਅਖਬਾਰਾਂ ਦੋ 250 ਦੇ ਬੜੇ ਬੜੇ ਫਲ ਫਲ ਪੇਜ ਦੇ ਇਹਨਾਂ ਦੇ ਇਸ਼ਹਾਰ ਲੱਗੇ ਹੁੰਦੇ ਆ ਬਹੁਤ ਸੋਹਣੇ ਲਫ਼ਜ਼ ਲਿਖ ਦਿੰਦੇ ਆ ਟੈਲੀਵਿਜ਼ਨ ਉੱਪਰ ਬੜਾ ਪ੍ਰਮੋਟ ਕੀਤਾ ਜਾਂਦਾ ਫਲਾਨਾ ਬ੍ਰਹਮ ਗਿਆਨੀ ਜੀ ਫਲਾਨਾ ਗੁਰੂ ਨਾਮ ਆ ਗਿਆ ਜੀ ਸੰਗਤਾਂ ਨੂੰ ਬੇਨਤੀ ਹੈਗੀ ਆ ਆਪ ਬਾਣੀ ਪੜ੍ਹੋ ਮੇਰੇ ਤਾਂ ਪਹਿਲਾਂ ਤੋਂ ਖਿਆਲ ਬਣੇ ਮੈਂ ਤਾਂ ਕਈ ਵਾਰੀ ਮੇਰੇ ਨਾਲ ਗੱਲ ਕਰਦੇ ਹੁੰਦੇ ਆ ਮੈਂ ਕਹਿੰਦਾ ਤੁਸੀਂ ਨਾ ਰੋਜ਼ ਆ ਘੰਟਾ ਮੂਲ ਮੰਤਰ ਦਾ ਪਾਠ ਕਰ ਲਿਆ ਕਿ ਮਹੀਨਾ ਮਹੀਨੇ ਬਾਅਦ ਤੁਹਾਡੇ ਸਤਿਗੁਰ ਦੀ ਬਖਸ਼ਿਸ਼ ਹੋਣ ਲੱਗ ਪੈਣੀ ਆ ਤੁਹਾਡੇ ਕਾਜ ਵੀ ਠੀਕ ਹੋਣੇ ਤੁਹਾਨੂੰ ਰਸ ਵੀ ਆਉਣ ਲੱਗ ਪੈਣਾ ਹੈਗਾ ਸਤਿਗੁਰ ਨੇ ਆਪੇ ਹੀ ਤੁਹਾਡੇ ਵੱਲ ਨੂੰ ਤੁਹਾਨੂੰ ਪਿਆਰ ਤੁਹਾਡੇ ਨਾਲ ਪਾਲਣਾ ਹੈਗਾ ਅਤੇ ਆਪਾਂ ਜੀਵਨ ਸਫਲ ਕਰ ਸਕਦੇ ਹੈਗੇ ਹਾਂ ਮੇਰਾ ਇਹ ਬੇਨਤੀ ਹੈ ਵੀ ਦੇਖੋ ਉਹ ਵੀ ਤਾਂ ਜੇ ਮੰਨ ਲਓ ਬ੍ਰਹਮ ਗਿਆਨੀ ਨੇ ਤਾਂ ਉਹ ਵੀ ਤਾਂ ਬਾਣੀ ਪੜ੍ਹ ਕੇ ਬਣੇ ਬਾਣੀ ਪੜ੍ਹ ਕੇ ਬਣੇ ਅਸੀਂ ਕਿਉਂ ਨਹੀਂ ਬਣ ਸਕਦੇ ਅਸੀਂ ਵੀ ਉਹ ਬਾਣੀ ਪੜ੍ਹ ਕੇ ਬ੍ਰਹਮ ਗਿਆਨੀ ਬਣ ਜਾਈਏ ਆਪ ਬਣ ਜਾਈਏ ਤੇ ਆਪਾਂ ਵੀ ਉਹ ਬਾਣੀ ਪੜਾਂਗੇ ਉਹ ਗਿਆਨ ਸਾਡੇ 'ਚ ਵੀ ਆ ਜਾਏਗਾ ਆਪਾਂ ਕਿਉਂ ਲੋਕਾਂ ਅੱਗੇ ਹੱਥ ਤੋੜਦੇ ਹਾਂ ਆਪਾਂ ਕਿਉਂ ਕਿਸੇ ਅੱਗੇ ਆ ਕੇ ਮੱਥਾ ਟੇਕਦੇ ਹਾਂ ਆਪਾਂ ਉਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਹੜਾ ਗਿਆਨ ਉਹਨਾਂ ਨੇ ਉੱਥੋਂ ਬਾਣੀ 'ਚੋਂ ਲਿਆ ਉਹ ਗਿਆਨ ਅਸੀਂ ਵੀ ਲੈ ਲਈਏ ਬਾਣੀ ਪੜ ਕੇ ਬਹੁਤ ਧੰਨਵਾਦ ਆਪਾਂ ਹਾਈ ਇਸ ਪੜੇ ਇੱਥੇ ਇਹ ਬੰਦ ਕਰ ਰਹੇ ਹੈਗੇ ਆ ਅਗਲੇ ਫੇ ਜਿਹੜੇ ਆਪਾਂ ਹੋਰ ਰਿਕਾਰਡਿੰਗ ਕਰਾਂਗੇ ਅਤੇ ਉਹਦੇ ਵਿੱਚ ਭਾਈ ਸਾਹਿਬ ਦਾ ਆਪ ਤੁਹਾਡੇ ਨਾਲ ਹੋਰ ਵੀ ਤੁਸੀਂ ਵੀ ਆਪਣੇ ਖਿਆਲ ਵੀ ਘੱਲਿਓ ਅਤੇ ਤਾਂ ਜੋ ਆਪਾਂ ਭਾਈ ਸਾਹਿਬ ਨੂੰ ਉਹਨਾਂ ਉੱਤੇ ਵੀ ਆਪਾਂ ਹੋਰ ਆਪਾਂ ਸਾਂਝ ਪਾ ਸਕੀਏ ਆਪਾਂ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰੀਏ ਪੰਜਾਬ ਨੂੰ ਜਾਂ ਜਿੰਨੇ ਵੀ ਸਾਡੇ ਸਿੱਖ ਵੀਰ ਭੈਣਾਂ ਬੱਚੇ ਧੀਰਾਂ ਨਹੀਂ ਹੈਗੇ ਉਹਨਾਂ ਨੂੰ ਪਤਾ ਹੋਵੇ ਵੀ ਗੁਰਬਾਣੀ ਹੀ ਆਪਾਂ ਪੜ੍ਹਨੀ ਸਾਰਿਆਂ ਨੇ ਇਸ ਤੋਂ ਹੀ ਸਾਰੀ ਆਪਾਂ ਸੇਧ ਲੈਣੀ ਹੈਗੀ ਆ ਅਤੇ ਨਾਲੇ ਨਾਲ ਖਾਲਸਾ ਪੰਥ ਤਾਂ ਸਾਜਿਆ ਹੀ ਦਸਵੀਂ ਪਾਤਸ਼ਾਹ ਇਸ ਕਾਰਨ ਵੀ ਮਨੁੱਖਤਾ ਦੀ ਸੇਵਾ ਕਰਨੀ ਸੀ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਤਾਂ ਅਸੀਂ ਗੁਰੂ ਨਾਮ ਦੇ ਨਾਲ ਆਪ ਜੁੜ ਗਏ ਅਤੇ ਉਹਨਾਂ ਨੂੰ ਹੀ ਮਾਲੋ ਮਾਲ ਕਰਨ ਲੱਗ ਪਿਆ ਉਹਨਾਂ ਕੋਲ ਆਪਣੀਆਂ ਬੱਚੀਆਂ ਆਪਣੇ ਬੱਚੇ ਲਿਜਾਣ ਲੱਗ ਪਿਆ ਅਤੇ ਆਪਾਂ ਉਹਨਾਂ ਨੂੰ ਬਚਾਉਣਾ ਹੈਗਾ ਡਿਊਟੀ ਬਣੀ ਸਾਡੇ ਹਰੇਕ ਗੁਰਸਿੱਖ ਦੀ ਇਹ ਫਰਜ਼ ਬਣਦਾ ਹੈਗਾ ਕਿਤੇ ਵੀ ਚਾਹੇ ਕੋਈ ਉਹ ਆਪਣਿਆਂ ਨੂੰ ਬ੍ਰਹਮ ਗਿਆਨ ਨਹੀਂ ਕਹਾਉਂਦਾ ਚਾਹੇ ਗੁਰੂ ਨਾਮ ਕਹਾਉਂਦਾ ਹੈਗਾ ਅਤੇ ਆਪਾਂ ਉਹਨਾਂ ਨਾਲ ਬਿਲਕੁਲ ਨਹੀਂ ਜੁੜਨਾ ਹੈਗਾ ਅਤੇ ਉਹ ਵੀ ਸਾਡੇ ਅੰਗ ਉਹੀ ਜਿਹੜੇ ਹੈਗੇ ਆ ਉਹ ਵੀ ਆਪਣੀ ਕਿਰਤ ਕਰਨ ਉਹ ਵੀ ਸੇਵਾ ਕਰਨ ਉਹ ਜਾਣੇ ਜਾਣੇ ਸਾਨੂੰ ਸਾਡੀ ਕੌਮ ਨੂੰ ਲੁੱਟ ਰਹੇ ਹੈਗੇ ਆ ਆਪਾਂ ਸਾਰੇ ਰਲ ਮਿਲ ਕੇ ਨਾ ਪ੍ਰਬੰਧਕ ਵੀ ਆ ਜਿੰਨੇ ਵੀ ਆ ਜਿੰਨੇ ਵੀ ਗੁਰਸਿੱਖ ਹੈਗੇ ਆ ਆਪਾਂ ਆਪਣੀ ਡਿਊਟੀ ਨਿਭਾਈਏ ਇਲਾਕੇ 'ਚ ਵੱਧ ਵੱਧ ਕੋਸ਼ਿਸ਼ ਕਰੀਏ ਗੁਰੂ ਨਾਮ ਦੇ ਉੱਤੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਤਾਂ ਜੋ ਸੰਗਤਾਂ ਜਿਹੜੀਆਂ ਸਾਡੀਆਂ ਉਹਨਾਂ ਕੋਲੋਂ ਬਚ ਸਕਣ ਬਹੁਤ ਹੀ ਜ਼ਿਆਦਾ ਸੰਗੀਨ ਉਹਨਾਂ 'ਤੇ ਆਰੋਪ ਲੱਗਦੇ ਆ ਸਪੈਸ਼ਲੀ ਬੱਚਿਆਂ ਨਾਲ ਖੇਹ ਖਰਾਬੀ ਕਰਨ ਦੇ ਵੱਡੀ ਦੇ ਲੁੱਟ ਮਾਰਨ ਦੇ ਕਤਲ ਕਰਨ ਦੇ ਅਤੇ ਉਹ ਲੋਕ ਤਾਂ ਮੇਰੇ ਹਿਸਾਬ ਨਾਲ ਤਾਂ ਮੈਨੂੰ ਬਹੁਤੇ ਤਾਂ ਵਿੱਚ ਉਹਨਾਂ 'ਚ ਡਾਕੂ ਵਾਲਾ ਹੀ ਰੋਲ ਅਦਾ ਕਰ ਰਹੇ ਹੈਗੇ ਆ ਆਪਾਂ ਬਚਾਉਣਾ ਆਪਣੇ ਪਰਿਵਾਰਾਂ ਨੂੰ ਉਹਨਾਂ ਕੋਲੋਂ ਅਤੇ ਆਪਾਂ ਕੋਸ਼ਿਸ਼ ਕਰੋ ਸਾਰੀ ਲਾਗਲੇ ਗੁਰੂ ਘਰ ਦੇ ਵਿੱਚ ਆਪਣੀ ਸਵੇਰੇ ਤਕਾਲਾਂ ਜਾ ਕੇ ਆਪ ਹੀ ਅਰਦਾਸ ਕਰੋ ਸਤਿਗੁਰ ਸਾਨੂੰ ਸੇਧ ਦੇਣਗੇ ਆਪ ਹੀ ਅਤੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈਗੀ ਆ ਦੁਨਿਆਈ ਪੜ੍ਹਾਈ ਵੀ ਬੱਚਿਆਂ ਨੂੰ ਪੜ੍ਹਾਓ ਤਾਂ ਜੋ ਆਪਾਂ ਰੰਗ ਚੰਗਾ ਸਮਾਸਰ ਚੱਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।